ਹੈਲੋ एवरीवन ਹੋਪ ਆਲ ਆਫ ਯੂ ਆਰ ਵੈਲ ਅਮ ਹਾਂਜੀ ਆਈ نو ਆਪਾਂ ਬਹੁਤ ਕਾਫੀ ਦਿਨ ਹੋ ਗਏ ਕਿ ਆਪਾਂ ਲਾਈਵ ਸੈਸ਼ਨ ਨਹੀਂ ਕਰ ਪਾਏ ਬਿਕਾਜ਼ ਯੂ نو ਅਗੇਨ ਆ ਵਾਸ ਰੀਲੀ ਬਿਜ਼ੀ ਹੁਣ ਕਾਫੀ ਟਾਈਮ ਮੇਰੇ ਕੋਲ ਆਫ ਹੈ ਮੈਂ ਕੋਸ਼ਿਸ਼ ਕਰੂੰਗੀ ਕਿ ਯੂ نو ਅਗਲੇ ਹਫਤੇ ਦੇ ਦੌਰਾਨ ਕਾਫੀ ਲਾਈਵ ਸੈਸ਼ਨਸ ਕਰ ਸਕਾਂ ਤੁਹਾਡੇ ਬਹੁਤ ਸਾਰੇ ਕੁਐਸਚਨਸ ਆਏ ਪਏ ਨੇ ਮੇਰੇ ਇਨਬਾਕਸ ਦੇ ਵਿੱਚ ਐਂਡ ਜੀ ਨਹੀਂ ਉਹਨਾਂ ਨੂੰ ਅਸੀਂ ਭੁੱਲੇ ਨਹੀਂ ਹੈਗੇਗੇ ਅਸੀਂ ਯਾ ਯੂ نو ਕੋਸ਼ਿਸ਼ ਕਰਦੇ ਰਵਾਂਗੇ ਕਿ ਵੱਧ ਤੋਂ ਵੱਧ ਉਹਨਾਂ ਕੁਐਸਚਨਾਂ ਦੇ ਆਨਸਰ ਦਿੱਤੇ ਜਾਣ ਐਂਡ ਅੱਜ ਜਿਹੜਾ ਅਸੀਂ ਆ ਕਵੈਸਚਨ ਅਡਰੈਸ ਕਰਨ ਲੱਗੇ ਐਂਡ ਇਹ ਅਸਲੀ ਬਹੁਤ ਜ਼ਿਆਦਾ ਐਂਡ ਆਈ ਥਿੰਕ ਯੂ نو ਕਾਉਂਸਲਿੰਗ ਯਾ ਯੂ نو ਜੋ ਵੀ ਐਸੀ ਯੂ نو ਸਾਈਕੋਲੋਜੀ ਯਾ ਮਾਨਸਿਕ ਹਲਪ ਮਦਦ ਮੰਗਦੇ ਆ ਉਹ ਅਸੀਂ ਸਿਰਫ ਆਵਦੀਆਂ ਬੁਰੀਆਂ ਪਾਵਨਾਵਾਂ ਕਰਕੇ ਮੰਨ ਮੰਨਦੇ ਆ ਇਨਾਮ ਵੀ ਜਦੋਂ ਮੈਂ ਕਿਵਰ ਪੇਰੈਂਟ ਵੀ ਆਉਂਦੇ ਆ ਯੂ نو ਕਹਿੰਦੇ ਮੇਰਾ ਬੱਚਾ ਫਰਸਟ੍ਰੇਟਡ ਬਹੁਤ ਰਹਿੰਦਾ ਮੇਰੇ ਬੱਚੇ ਨੂੰ ਗੁੱਸਾ ਆ ਜਾਂਦਾ ਵਾ ਐਂਡ ਯੂ نو ਮੇਰੇ ਕਾਫੀ ਜਿਹੜੇ ਸੈਸ਼ਨਸ ਨੇ ਜਦੋਂ ਉਸ ਮੈਂ ਗੱਲ ਕਰਦੀ ਹਾਂ ਆਰਗੇਨਿਕ ਨਹੀਂ ਹੁੰਦੇ ਕਿ ਯੂ نو ਮੈਂ ਜਿਹੜੀ ਵੀ ਕਈ ਵਾਰ ਮੇਰਾ ਕਵੈਸਚਨ ਹੁੰਦਾ ਤਾਂ ਮੈਂ ਕੁਝ ਲਿਖਦੀ ਹੈ ਨਹੀਂ ਹੈਗੀ ਕਿ ਸੋ ਮੈਂ ਆਪ ਯੂ نو ਕੋਸ਼ਿਸ਼ ਕਰਨ ਦੇ ਕਿ ਵਾਤੋਂ ਵਾ ਟੈਕਨੀਕਸ ਤੁਹਾਨੂੰ ਦਿੱਤੇ ਜਾਣ ਪਰ ਜੇ ਉਹਨਾਂ ਦੁਆਰਾ ਵੀ ਤੁਹਾਨੂੰ ਕੋਈ ਕੁਐਸਚਨਸ ਆ ਆ ਰਹੇ ਨੇ ਤਾਂ ਤੁਸੀਂ ਸਾਨੂੰ ਆ Uh, you know comment section ਦੇ ਵਿੱਚ ਦੱਸ ਸਕਦੇ ਹੋ ਨਾ ਮੈਂ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੀ बिकॉज़ ਬੜੇ অর্ਗੈਨਿਕ ਜਿਹੇ ਸੈਸ਼ਨਸ ਹੁੰਦੇ ਆ ਜੋ ਚੀਜ਼ ਮੇਰੇ ਦਿਮਾਗ ਦੇ ਵਿੱਚ ਕੁੱਕ ਦੀ ਪਈ ਹੁੰਦੀ ਹੈ ਜਾਂ ਚੱਲਦੀ ਪਈ ਹੁੰਦੀ ਹੈ ਯੂ نو ਮੈਂ ਉਹਨਾਂ ਬਾਰੇ ਡਿਸਕਸ਼ਨਸ ਕਰਨੀਆਂ ਕੁਝ ਲਿਖਦੀ ਨਹੀਂ ਮੈਂ ਪਹਿਲਾਂ बिकॉज़ ਟਾਈਮ ਕਾਫੀ ਲੱਗਦਾ ਵਾ ਐਂਡ ਟਾਈਮ ਦੀ ਕਾਫੀ ਸ਼ਾਰਟੇਜ ਰਹਿੰਦੀ ਆ ਸੋ ਹਾਂਜੀ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਬੁਰੀਆਂ ਪਾਪ ਨਵਾ ਐਂਡ ਯੂ نو ਜਦੋਂ ਅਸੀਂ ਫੋਰ ਐਗਜ਼ਾਮਪਲ ਕੋਈ ਵੀ ਐਵੇਂ ਕਿਸੇ ਵੀ ਰਿਸ਼ਤੇ ਤੇ ਅਪਲਾਈ ਕਰ ਸਕਦੀ ਆ ਕਿਉਂਕਿ ਕਿਸੇ ਵੀ ਯੂ نو ਤੁਹਾਡੇ ਰਿਸ਼ਤੇ ਨਾ ਚਾਹੇ ਤੁਹਾਡਾ ਭੈਣ ਰਾਦਰ ਰਿਸ਼ਤਾ ਚਾਹੇ ਤੁਹਾਡੇ ਹਸਬੰਡ ਨਾਲ ਰਿਸ਼ਤਾ ਤੁਹਾਡੀ ਤੁਹਾਡੀ ਵਾਈਫ ਨਾਲ ਤੁਹਾਡਾ ਰਿਸ਼ਤਾ ਵਾ ਚਾਹੇ ਤੁਹਾਡੇ ਦੋਸਤ ਮਿੱਤਰ ਨਾਲ ਸੋ ਬੇਸਿਕਲੀ ਬੁਰੀਆਂ ਭਾਵਨਾਵਾਂ ਫਰਸਟ੍ਰੇਸ਼ਨ ਜਦੋਂ ਆ ਜਾਂਦੀ ਆਮ ਤੁਸੀਂ ਦੇਖੋ ਕਿ ਸਭ ਸਾਡੇ ਤੋਂ ਹਾਰ ਉਹ ਜਿਹੜਾ ਜਿਹੜੇ ਚੀਜ਼ ਲਈ ਅਸੀਂ ਪਛਤੌਣੇ ਆ ਜਿਹੜਾ ਵਿਵਹਾਰ ਲਈ ਅਸੀਂ ਪਛਤੌਣੇ ਆ ਕਈ ਵਾਰ ਜਾਂ ਆਪਣੇ ਬੱਚੇ ਨਾਲ ਉਹ ਵਿਵਹਾਰ ਕਰਕੇ ਪਛਤੌਣੇ ਆ ਜਾਂ ਅਸੀਂ ਆਪਣੇ ਹਸਬੰਡ ਨਾਲ ਉਹ ਵਿਵਹਾਰ ਕਰਕੇ ਪਛਤੌਣੇ ਆ ਜਾਂ ਅਸੀਂ ਆਪਣੇ ਯੂ نو ਵਾਈਫ ਨਾਲ ਜਾਂ ਆਪਣੇ ਪੇਰੈਂਟ ਨਾਲ ਵਿਵਹਾਰ ਕਰਕੇ ਉਹ ਸਾਰੇ ਵਿਵਹਾਰ ਸਾਡੀ ਇੱਕ ਮਾਨਸਿਕ ਅਵਸਥਾ ਚ ਪਜਦੇ ਆ ਜਿਹੜੀਆਂ ਕਿ ਅੰਦਰ ਉਹਦੇ ਇੱਕ ਉਹ ਭਾਵਨਾਵਾਂ ਜਿਹਨੂੰ ਅਸੀਂ ਬੁਰੀਆਂ ਕਹਿੰਦੇ ਔਖੀਆਂ ਭਾਵਨਾਵਾਂ ਚ ਉਹ ਪਜਦੇ ਆ ਯੂ نو ਔਖੀਆਂ ਭਾਵਨਾਵਾਂ ਜਦੋਂ ਸਾਡੇ ਅੰਦਰ ਹੁੰਦੀਆਂ ਕਿਉਂਕਿ ਤੁਸੀਂ ਦੇਖ ਲਓ ਵੀ ਕਦੇ ਵੀ ਤੁਸੀਂ ਕਿਸੇ ਨੂੰ ਕੁਝ ਗਲਤ ਵਿਵਹਾਰ ਕੀਤਾ ਹੋਊਗਾ ਜਿਹਦੀ ਤੁਹਾਨੂੰ ਬਾਅਦ ਗਿਲਟ ਪੈਦਾ ਹੋਏ ਤੁਸੀਂ ਦੇਖਿਓ ਕਿ ਉਹ ਜਾਂ ਤਾਂ ਤੁਸੀਂ ਫਰਸਟ੍ਰੇਸ਼ਨ ਦੇ ਵਿੱਚ ਹੋਵੋਗੇ ਤੁਹਾਡੇ ਅੰਦਰ ਰੈਸਲੈਸਨੈਸ ਹੋਊਗੀ ਜਾਂ ਤੁਹਾਡੇ ਅੰਦਰ ਐਂਗਜ਼ਾਇਟੀ ਹੋਊਗੀ ਇਹ ਤੁਹਾਡੇ ਅੰਦਰ ਯੂ ਨੋ ਤਣਾਅ ਆਊਗਾ ਸੋ ਤੁਹਾਡੀ ਬਾਡੀ ਦੇ ਵਿੱਚ ਤਣਾਅ ਆਉਂਦਾ ਵਾ ਯੂ ਨੋ ਫਾਰ ਇਗਜ਼ਾਮਪਲ ਜੇ ਇਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਕੋ ਕਿ ਬਾਡੀ ਪਹਿਲਾਂ ਤੁਹਾਡੀ ਸਟ੍ਰੈਸ ਮਹਿਸੂਸ ਕਰਦੀ ਆ ਤੁਹਾਡੀ ਬਾਡੀ ਦੇ ਤਣਾਅ ਆਉਂਦਾ ਫਿਰ ਉਹ ਤਣਾਅ ਤੁਸੀਂ ਸ਼ਬਦਾਂ ਦੇ ਰਾਹੀਂ ਜਾਂ ਕੋਈ ਵਿਵਹਾਰ ਇਹ ਵਜਾ ਕਰਦੇ ਜਿਹਦੇ ਲਈ ਅਸੀਂ ਬਾਅਦ ਵਿੱਚ ਪਛਤਾਉਣੀ ਗਿਆ ਸੋ ਇਨਾਂ 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 ਜਿਹੜੀਆਂ ਭਾਵਨਾਵਾਂ ਦੇ ਦੌਰਾਨ ਇਨ ਔਖੀਆਂ ਭਾਵਨਾਵਾਂ ਬੁਰੀਆਂ ਨਾਲ ਵੀ ਇਹਨਾਂ ਨੂੰ ਔਖੀਆਂ ਭਾਵਨਾਵਾਂ ਕਹਿੰਦੀਆਂ ਕਿਉਂਕਿ ਜੇ ਭਾਵਨਾਵਾਂ ਬੁਰੀਆਂ ਨਹੀਂ ਹੁੰਦੀਆਂ ਗਿਆ ਹਾਂ ਇਹਨਾਂ ਨੂੰ ਆਪਦੇ ਤੇ ਗੁਜ਼ਾਰਨਾ ਇਹਨਾਂ ਦੇ ਵਿੱਚ ਦੀ ਨਿਕਲਣਾ ਉਹ ਔਖਾ ਜ਼ਰੂਰ ਹ ਸੋ ਸਭ ਤੋਂ ਪਹਿਲਾਂ ਸੀ ਅਵੋਇਡ ਕਰਨਾ ਚਾਹੁੰਦੇ ਆ ਆਮ ਮੈਂ ਅਕਸਰ ਪੇਰੈਂਟਸ ਨੂੰ ਸੋਚਦੇ ਕਰਦੀਆਂ ਜਾਂ ਸੀ ਆਪਾਂ ਘਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਵੀ ਰੋਣਾ ਨਹੀਂ ਫਰਸਟ੍ਰੇਸ਼ਨ ਨਹੀਂ ਹੋਣਾਗਾ ਅਸੀਂ ਇਹਨਾਂ ਨੂੰ ਅਵੋਇਡ ਹਨ ਅਸੀਂ ਇਹਨਾਂ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਾਡੀ ਜਿਹੜੀ ਕਾਉਂਸਲਿੰਗ ਸਾਡਾ ਮਕਸਦ ਇਹ ਹੈ ਕਿ ਸਾਨੂੰ ਇਹਨਾਂ ਚ ਵਿਚਰਨਾ ਆਵੇ ਸਾਡਾ ਇਹ ਮਕਸਦ ਨਹੀਂ ਕਿ ਕਿਸੇ ਨੂੰ ਅਵੋਇਡ ਕਰ ਸਕੇ ਐਂਡ ਅਸੀਂ ਇਹ ਨਾਤਾ ਜਿਹੜੇ ਜਿਹੜੇ ਨੂੰ ਅਸੀਂ ਪਿਆਰ ਕਰਦੇ ਫਾਰ ਇਗਜ਼ਾਮਪਲ ਸਾਡਾ ਬੱਚਾ ਜਾਂ ਪਾਰਟਨਰ ਜਾਂ ਆਪਣੇ ਸਾਡੇ ਮਾਪੇ ਜਾਂ ਸਾਡੇ ਅਸੀਂ ਦੇਖਣਾ ਨਹੀਂ ਚਾਹੁੰਦੇ ਆਮ ਤੁਸੀਂ ਦੇਖੋ ਨਾ ਕਈ ਵਾਰ ਮੈਂ ਯੂ ਨੋ ਮਹਿਸੂਸ ਕੀਤਾ ਕਿ ਜਦੋਂ ਫੋਰ ਐਗਜ਼ਾਮਪਲ ਜੇ ਮੈਂ ਵੀ ਆਪਣੇ ਦੋਸਤ ਮਿੱਤਰ ਕੋਲ ਰੋਣ ਲੱਗ ਜਾਵਾਂ ਜਾਂ ਫਿਰ ਤੇ ਜਦੋਂ ਜਦ ਹੀ ਅਨਕੰਫਰਟੇਬਲ ਹੋ ਜਾਂਦੇ ਉਹਨਾਂ ਨੂੰ ਛੇਤੀ ਉਹ ਕਹਿ ਦਿੰਦੇ ਕਿ ਨਹੀਂ ਨਹੀਂ ਠੀਕ ਹੋ ਜਾਣਾ ਠੀਕ ਹੋ ਜਾਣਾ ਬਿਕਾਜ਼ ਅਸੀਂ ਕਿਸੇ ਦੇ ਰੋਣੇ ਤੋਂ ਡਰਦੇ ਬਹੁਤ ਆ ਅਸੀਂ ਕਿਸੇ ਦੀ ਫਰਸਟ੍ਰੇਸ਼ਨ ਤੋਂ ਡਰਦੇ ਬਹੁਤ ਆ ਸਾਨੂੰ ਡਰੀ ਲੱਗ ਜਾਂਦਾ ਕਿ ਜਦੋਂ ਇਹ ਫਰਸਟ੍ਰੇਸ਼ਨ ਵੀ ਹੁੰਦਾ ਕੋਈ ਇਨਸਾਨ ਜੇ ਤੋ ਡਿਸਪਾਇੰਟ ਵੀ ਹੁੰਦਾ ਵਾ ਸਾਨੂੰ ਸ਼ਾਂਤੀ ਚ ਬਹਿਣਾ ਨਹੀਂ ਹੁੰਦਾ ਸਾਨੂੰ ਡਰ ਲੱਗਦਾ ਕਿ ਹੁਣ ਅਸੀਂ ਕੁਝ ਕਰੀਏ ਪਿਛੇ ਜੇ ਤੀ ਠੀਕ ਹੋ ਜਵੇ ਯੂ نو ਸੋ ਇਹਦੇ ਬਾਰੇ ਅੱਜ ਅਸੀਂ ਗੱਲ ਕਰਾਂ ਕਿ ਕਿ ਇੰਨਾ ਭ ਨਾ ਸਿੱਖ ਕੇ ਵੀ ਸਿੱਖਣਾ ਐਂਡ ਸਭ ਤੋਂ ਪਹਿਲਾਂ ਅਸੀਂ ਜਿਹੜਾ ਜੀਨੂ ਅਸੀਂ ਪਿਆਰ ਕਰਦੇ ਆ ਸਾਡਾ ਬੱਚਾ ਜਾਂ ਸਾਡਾ ਪਾਰਟਨਰ ਆ ਉਹਦੀਆਂ ਵੀ ਅਸੀਂ ਭਾਵਨਾਵਾਂ ਨੂੰ ਟੋਲਰੇਟ ਕਰਨਾ ਕਿਵੇਂ ਸਿੱਖਣਾ ਬਿਕਾ ਸਭ ਤੋਂ ਔਖਾ ਹੁੰਦਾ ਫੋਰ ਐਗਜ਼ਾਮਪਲ ਜਦੋਂ ਇੱਕ ਬੱਚਾ ਫਰਸਟ੍ਰੇਸ਼ਨ ਚ ਹੁੰਦਾ ਜਦੋਂ ਇੱਕ ਬੱਚਾ ਐਂਗਰ ਦੇ ਵਿੱਚ ਹੁੰਦਾ ਮਾਂ-ਬਾਪ ਤੋਂ ਟਿਕਾ ਨਹੀਂ ਹੁੰਦਾ ਮਾਂ-ਬਾਪ ਦੇ ਅੰਦਰ ਟਿਕਾ ਨਹੀਂ ਹੁੰਦਾ ਉਹ ਦਬਦਬਾ ਸਾਨੂੰ ਉਹ ਜੀ ਚੀਜ਼ ਆ ਜਾਂਦੀ ਆ ਕਿ ਸਾਨੂੰ ਵੀ ਫਰਸਟ੍ਰੇਸ਼ਨ ਹੋਣ ਲੱਗ ਜਾਂਦੀ ਸਾਨੂੰ ਵੀ ਐਂਗਜ਼ਾਈਟੀ ਹੋਣ ਲੱਗ ਜਾਂਦੀ ਸਾਡੇ ਅੰਦਰ ਵੀ ਜਿਹੜਾ ਟਿਕਾਜ ਆ ਉਹ ਖਤਮ ਹੋਣ ਲੱਗ ਜਾਂਦਾ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਪਿਆਰ ਕਰਦੇ ਆ ਉਹ ਜਦੋਂ ਇਹ ਜੀਆਂ ਭਾਵਨਾਵਾਂ ਦੇ ਵਿੱਚੋਂ ਨਿਕਲਦਾ ਵਾ ਉਦੋਂ ਅਸੀਂ ਕੀ ਕਰ ਸਕਦੇ ਉਹਨੂੰ ਅਸੀਂ ਕਿਵੇਂ ਟੋਲਰੇਟ ਕਰ ਸਕਦੇ ਆ ਬਿਕਾਜ਼ ਆਰਮ ਅਸੀਂ ਯੂ ਨੋ ਬਚਪਨ ਦੇ ਵਿੱਚ ਹੀ ਅਸੀਂ ਸਿੱਖਿਆ ਇਹ ਸਾਡੀ ਸਿੱਖਿਆ ਹਰ ਚੀਜ਼ ਜਿਸ ਤਰੀਕੇ ਨਾਲ ਅਸੀਂ ਆਪਣੀ ਭਾਵਨਾਵਾਂ ਨੂੰ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਟੋਲਰੇਟ ਕਰਨ ਦੀ ਕੋਸ਼ਿਸ਼ ਕਰਦੇ ਇਹ ਸਿੱਖੀਆਂ ਵੀ ਆ ਫੋਰ ਐਗਜ਼ਾਮਪਲ ਜਦੋਂ ਅਸੀਂ ਰੋਕੇ ਆਪਣੇ ਮਾਪੇ ਕੋਲ ਗਏ ਕੀ ਕੀ ਸਾਨੂੰ ਝੜਕਾ ਮਿਲੀਆਂ ਜਦੋਂ ਅਸੀਂ ਫਰਸਟ੍ਰੇਸ਼ਨ 'ਚ ਗਏ ਸਾਡੇ ਦਵ ਦਵ ਉਹਨਾਂ ਨੇ ਜਾਂ ਫੋਰ ਐਗਜ਼ਾਮਪਲ ਕੋਈ ਸਾਨੂੰ ਚੀਜ਼ ਦੇਤੀ ਮੂੰਹ ਦੇ ਵਿੱਚ ਪਾਤੀ ਤਾਂ ਜੋ ਜਦ ਦਵ ਇਹਨਾਂ ਦੀ ਫਰਸਟ੍ਰੇਸ਼ਨ ਖਤਮ ਹੋ ਜਾਵੇ ਦਵਾਂ ਦਵ ਸੋ ਇੱਥੇ ਅਸੀਂ ਗਲਤ ਕਰਦੇ ਆਂ ਐਂਡ ਇੱਥੇ ਹੀ ਅਸੀਂ ਇਹ ਸਟਾਪ ਕਰਦੇ ਆਂ ਗ੍ਰੋਥ ਜਿਹੜੀਆਂ ਭਾਵਨਾਵਾਂ ਚੋ ਜਿਹੜੀ ਸਾਡੀ ਡਿਵੈਲਪਮੈਂਟ ਹੋਣੀ ਹੁੰਦੀ ਆ ਉਹ ਰੁਕ ਜਾਂਦੀ ਆ ਐਜ਼ ਅ ਬਚਪਨ ਦੇ ਸੋ ਇਸੇ ਕਰਕੇ ਲੰਮੀ ਉਮਰ ਤੱਕ ਅਸੀਂ ਫਰਸਟ੍ਰੇਸ਼ਨ ਸਾਨੂੰ ਪ੍ਰੋਪਰਲੀ ਪ੍ਰੋਸੈਸ ਹੀ ਨਹੀਂ ਕਰਨੀ ਪੈਂਦੀ ਆਉਂਦੀ ਕਿਉਂਕਿ ਜਿਹੜੇ ਸਾਡੇ ਮਾਪੇ ਸੀ ਜਿਨ੍ਹਾਂ ਨੇ ਸਾਨੂੰ ਡਿਵੈਲਪਮੈਂਟਲੀ ਅਸੀਂ ਸਿਖਾਉਣੀ ਸੀ ਜਿਨ੍ਹਾਂ ਦੀ ਪਰਛਾਵੇਂ ਦੇ ਵਿੱਚ ਇਹ ਡਿਵੈਲਪਮੈਂਟਲੀ ਅਸੀਂ ਸਿੱਖਣੀ ਸੀ ਕਿ ਅਸੀਂ ਆਪਣੀ ਫਰਸਟ੍ਰੇਸ਼ਨ ਨੂੰ ਕਿਵੇਂ ਹੈਂਡਲ ਕਰਨਾ ਸੀ ਆਪਣੀ ਡਿਸਐਪਾਇੰਟਮੈਂਟ ਨੂੰ ਕਿਵੇਂ ਹੈਂਡਲ ਕਰਨਾ ਸੀ ਜਦੋਂ ਅੰਦਰੋਂ ਖਾਲੀਪਨ ਸਾਨੂੰ ਉਹਦੋਂ ਮਦਦ ਨਹੀਂ ਮਿਲੇਗੀ ਸਾਨੂੰ ਬੇਸਿਕਲੀ ਉਹਦੋਂ ਉਹਨਾਂ ਨੇ ਯੂ نو ਛੇ ਦੀ ਛਤੀ ਵਿੱਚ ਖੁਸ਼ਖਾਨ ਨੂੰ ਦੇ ਦਵੋ ਜਾਂ ਸਾਨੂੰ ਝੜਕ ਕੇ ਡਰਾ ਦਿੱਤਾ ਗਿਆ ਵਾ ਸਾਨੂੰ ਜਾਂ ਜਿਹੜੀ ਚੀਜ਼ ਅਸੀਂ ਮੰਗਦੇ ਸੀ ਉਹ ਦੇ ਦਿੱਤੀ ਕਿ ਤਾਂ ਤੁਹਾਡੀ ਫ੍ਰਸਟ੍ਰੇਸ਼ਨ ਹੋਵੇ ਸੋ ਅੱਜ ਅਸੀਂ ਸਿੱਖਾਂਗੇ ਅੱਜ ਅਸੀਂ ਗੱਲ ਕਰਾਂਗੇ ਕਿ ਉਹਨਾਂ ਟੈਕਨੀਕਸ ਦੇ ਵਿੱਚੋਂ ਦੀ ਅਸੀਂ ਕਿਵੇਂ ਲੰਘ ਸਕਦੇ ਫੋਰ ਐਗਜ਼ਾਮਪਲ ਇਹਦੀ ਇੱਕ ਐਗਜ਼ਾਮਪਲ ਹੀ ਲੈ ਲਓ ਕਿ ਤੁਸੀਂ ਸਟੋਰ ਤੇ ਗਏ ਆਂ ਤੁਹਾਡਾ ਬੱਚਾ ਯੂ نو ਨੇ ਟੌਏ ਚੱਕ ਲਿਆ ਵਾ ਐਂ ਤੁਸੀਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਉਹਦੇ ਉਹ ਗੁਰਬਾਤ ਉਹਦਾ ਦੇ ਟੋਏਸ ਆ ਗਿਆ ਜਾਂ ਫਿਰ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਨੇ ਐਂ ਬੱਚਾ ਕੀ ਕਰੂਗਾ ਉਹ ਫਰਸਟ੍ਰੇਸ਼ਨ ਹੋਗਾ ਨਾ ਉਹ ਫਰਸਟ੍ਰੇਟਡ ਹੋਊਗਾ ਉਹਨੂੰ ਉਹਨੂੰ ਅੰਦਰੋਂ ਦੇ ਸਟ्रेस ਮਹਿਸੂਸ ਹੋਊਗੀ which is normal ਉਹ ਬੱਚਾ ਕੁਝ ਗਲਤ ਨਹੀਂ ਕਰ ਰਿਹਾ ਉਹ ਬੱਚਾ ਯੂ نو ਅਕਸਰ ਮੇਰੇ ਕੋਲ ਪੈਰੈਂਟਸ ਆਉਂਦੇ ਉਹ ਕਹਿੰਣਗੇ ਜਦੋਂ ਸਟੋਰ ਜਾਂਦੇ ਆ ਤੇ ਬੱਚਾ ਉਹਨੂੰ ਕਿਵੇਂ ਹਟਾਈਏ ਅਸੀਂ ਹਟਾਉਣਾ ਨਹੀਂ ਹੈਗਾ ਇੱਥੇ ਅਸੀਂ ਸਾਰੀ ਉਹ ਗਲਤ ਲੈ ਰਹੇ ਆ ਯੂ نو ਇਹਦੀ ਇਨਫਰਮੇਸ਼ਨ ਇੱਕ ਕਾਉਂਸਲਿੰਗ ਦਾ ਪਰਸਪੈਕਟਿਵ ਗਲਤ ਹੈ ਅਸੀਂ ਇਹ ਅਸੀਂ ਇਹ ਸਿੱਖਣਾ ਵੀ ਸਾਡੇ ਬੱਚੇ ਨੇ ਉਹਦੇ ਵਿੱਚੋਂ ਦੀ ਗੁਜ਼ਰਨਾ ਕਿਵੇਂ ਆ ਸਾਡਾ ਬੱਚਾ ਉਹਦੇ ਵਿੱਚ ਜਰਨਾ ਕਿਵੇਂ ਸੋ ਉਹ ਬੱਚਾ ਕੋਈ ਗਲਤ ਨਹੀਂ ਕਰ ਰਿਹਾ ਜਦੋਂ ਸਕੂਪ ਯੂ ਨੋ ਤੁਹਾਡੇ ਨਾਲ ਸਟੋਰ ਜਾਂਦਾ ਇਹ ਨਵਾਂ ਟੌਏ ਵੇਖਦਾ ਵਾ ਆਫ ਕਰਸ ਉਹਦੇ ਅੰਦਰ ਫ੍ਰਸਟ੍ਰੇਸ਼ਨ ਆਉਗੀ ਜਦੋਂ ਲੈ ਨਹੀਂ ਸਕਦਾ ਆਫ ਕਰਸ ਇਹ ਚੀਜ਼ਾਂ ਆਉਣਗੀਆਂ ਬਿਕਾਜ਼ ਇਹ ਸਾਡੇ ਅੰਦਰ ਆਮ ਤੁਸੀਂ ਦੇਖ ਲਓ ਵੀ ਕਈ ਵਾਰ ਅਸੀਂ ਜੌਬ ਲਈ ਅਪਲਾਈ ਕਰਦੇ ਸਾਨੂੰ ਜੌਬ ਨਹੀਂ ਮਿਲਦੀਆਂ ਕੋਈ ਵੀ ਚੀਜ਼ਾਂ ਲਈ ਅਪਲਾਈ ਕਰਦੇ ਜਾਂ ਜਿਹੜੀ ਸਾਨੂੰ ਨਹੀਂ ਮਿਲਦੀ ਸਾਡੇ ਅੰਦਰ ਫ੍ਰਸਟ੍ਰੇਸ਼ਨ ਕ੍ਰੀਏਟ ਹੁੰਦੀ ਆ ਸੋ ਉਹਨੂੰ ਅਸੀਂ ਰੋਕਣਾ ਨਹੀਂ ਹੈਗਾਗਾ ਉਹ ਅੰਨਿੱਕਲ ਜਵੇ ਸਾਡੇ ਸਰੀਰ ਦੇ ਵਿੱਚੋਂ ਇੱਕ ਹੈਲਥੀ ਤਰੀਕੇ ਨਾਲ ਨਿਕਲੇ ਕਿਵੇਂ ਸੋ ਫਾਰ ਐਗਜ਼ਾਮਪਲ ਇਸ ਬੱਚੇ ਨੇ ਟੌਏ ਚੱਕ ਲੈਣ ਮਦਰ ਕਹਿੰਦੀ ਟੌਏ ਨਹੀਂ ਲੈ ਕੇ ਦੇਣਾ ਐਂ ਬੱਚਾ ਚੀਕਾਂ ਮਾਰਦਾ ਵਾ ਫਿਰ ਮਾਂ ਯੂ ਨੋ ਫਲੋਰ ਤੇ ਕਈ ਵ ਜਾ ਵਿੱਚ ਕਨੇ ਲੇਟ ਜਾਂਦਾ ਵਾ ਫਲੋਰ ਤੇ ਗੁੱਸੇ ਕਰਨ ਲੱਗ ਜਾਂਦਾ ਵਾ ਉਹ ਕਦੇ ਮਦਰ ਨੂੰ ਵੀ ਹਿੱਟ ਕਰਨ ਲੱਗ ਜਾਂਦੇ ਛੋਟੇ ਬੱਚੇ ਆਮ ਤੁਸੀਂ ਦੇਖੋ ਫ੍ਰਸਟ੍ਰੇਸ਼ਨ ਦੇ ਵਿੱਚ ਉਹ ਆਪਦੇ ਹੈਂਡ ਮੂਵ ਕਰਨ ਹੈਂਡ ਮੂਵਮੈਂਟ ਉਹਨਾਂ ਦੀ ਵੱਧ ਜਾਂਦੀ ਆ ਸੋ ਇਹਦੇ ਵਿੱਚ ਕੀ ਕਰਦੇ ਆ ਸੋ ਇੱਕ ਤਾਂ ਬ ਫੋਰ ਐਗਜ਼ਾਮਪਲ ਇੱਕ ਆਪਸ਼ਨ ਤੇ ਇਹ ਆ ਕਿ ਇੱਕ ਮਦਰ ਕੀਤੀ ਹੈ ਜਦੋਂ ਬੱਚਾ ਐਵੇਂ ਕਰਨ ਲੱਗਿਆ ਉਹਨੂੰ ਮਦਰ ਨੂੰ ਵੀ ਅੰਦਰੋਂ ਐਂਗਜ਼ਾਇਟੀ ਹੋਣ ਲੱਗ ਗਈ ਉਹ ਵੀ ਡਰਨ ਲੱਗੀ ਕਿ ਇੰਨੇ ਲੋਕਾਂ ਦੇ ਵਿੱਚ ਇਹ ਮੈਨੂੰ ਯੂ نو ਬੇਅਰਸ ਕਰ ਰਿਹਾ ਮੈਨੂੰ ਸ਼ਰਮਿੰਦਾ ਕਰ ਰਿਹਾ ਸੋ ਦਵਦਬ ਯੂ نو ਹੋਪ ਕਿ ਉਹ ਤਾਂ ਉਹਨੂੰ ਟਾਇਲਟੇ ਦੇ ਦਿੰਦੀ ਹੈ ਤੇ ਉਹਦੀ ਫ੍ਰਸਟ੍ਰੇਸ਼ਨ ਖਤਮ ਹੋ ਜਾਂਦੀ ਹੈ which is not a right way I mean of course ਜੇ ਤੁਸੀਂ ਟਾਇਲਟ ਦੇਣਾ ਲੈ ਕੇ ਦੇਣਾ ਚਾਹੁੰਦੇ ਸੀ ਤਾਂ ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ ਜੇ ਤੁਹਾਡੀ ਆਪਣੀ ਹੈ ਉਹਦੇ ਵੀ ਤੁਹਾਨੂੰ ਲੱਗਦਾ ਕਿ ਉਹਦੇ ਲਈ ਸਹੀ ਹੈ ਜੋ ਵੀ ਤੁਹਾਡਾ ਉਹਦੇ ਵਿੱਚ ਡਿਸੀਜਨ ਹੈਗਾ ਪਰ ਇਹਦੇ ਵਿੱਚ ਜੇ ਤੁਸੀਂ ਨਹੀਂ ਲੈ ਕੇ ਦੇਣਾ ਚਾਹੁੰਦੇ ਸੀ ਪਰ ਸਿਰਫ ਉਹਦੇ ਬੱਚੇ ਦੀ ਫਰਸਟ੍ਰੇਸ਼ਨ ਦੇਖ ਕੇ ਸਿਰਫ ਉਹਦੀਆਂ ਭਾਵਨਾਵਾਂ ਨੂੰ ਔਖੀਆਂ ਵੇਖ ਕੇ ਤੁਸੀਂ ਦਬ ਦਬ ਲੈਤੀਆਂ ਤਾਂ ਕਿ ਉਹ ਫਰਸਟ੍ਰੇਸ਼ਨ ਹੋਣਾ ਬੰਦ ਹੋ ਜੇ ਇਹ ਤਰੀਕਾ ਗਲਤ ਹੈ ਇੱਕ ਫਰਸਟ੍ਰੇਸ਼ਨ ਦੀ ਸਵਿਚ ਆਫ ਕਰਨ ਦਾ ਇਸ ਤਰੀਕੇ ਨਾਲ ਨਹੀਂ ਅਸੀਂ ਸਵਿਚ ਫੋਰ ਐਗਜ਼ਾਮਪਲ ਕੱਲ ਨੂੰ ਬਹੁਤ ਵੱਡੀ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਆਉਣਗੇ ਹਰ ਵੇਲੇ ਤਾਂ ਉਹਨਾਂ ਨੂੰ ਮਿਲ ਨਹੀਂ ਸਕਦੀ ਕਿ ਹਰ ਵੇਰੀ ਚੀਜ਼ ਨਾ ਮਿਲਣ ਤੇ ਉਹਨਾਂ ਨੇ ਆਪਦੇ ਆਪ ਨੂੰ ਕਿਵੇਂ ਸੰਭਾਲਣਾ ਵਾ ਇਹ ਸਾਡੇ ਐਜ਼ ਅ ਬਚਪਨ ਦੇ ਵਿੱਚ ਸਾਡੇ ਅਸੀਂ ਆਪਣੇ ਮਾਪੇ ਤੋਂ ਸਿੱਖਦੇ ਹਾਂ ਜੇ ਅਸੀਂ ਨਹੀਂ ਸਿੱਖਦੇ ਤੇ ਫਿਰ ਅਸੀਂ ਸਾਰੀ ਉਮਰ ਆਪਦਾ ਉਹੀ ਐਟੀਟਿਊਡ ਉਹੀ ਫਰਸਟ੍ਰੇਸ਼ਨ ਆਪਣੇ ਦਿਮਾਗ ਦੇ ਵਿੱਚ ਰੱਖਦੇ ਆ ਸੋ ਫॉर एग्जांपल ਇਹ ਮਦਰ ਕੀ ਕਰ ਸਕਦੀ ਹੈ ਐਂਡ ਸੈਕੰਡ ਵਾਲ ਹੁੰਦਾ ਇਹ ਦੂਸਰੀ ਆਪਸ਼ਨ ਹੁੰਦੀ ਆ ਕਿ ਮਦਦ ਦਵ ਦਵ ਆਪਣੇ ਬੱਚੇ ਨੂੰ ਫੜਦੀ ਐ ਛੇਤੀ ਅੰਦਰ ਯੂ ਨੋ ਕਰ ਕਿਦ ਦਵ ਦਵ ਕਾਰ ਦੇ ਵਿੱਚ ਕਰਕੇ ਉਹਨੂੰ ਬੁਰਾ ਭਲਾ ਕਹਿੰਦੀ ਆ ਟੋਏ ਤਾਂ ਨਹੀਂ ਲੈ ਕੇ ਦਿੰਦੀ ਪਰ ਉਹਨੂੰ ਬੁਰਾ ਭਲਾ ਕਹਿੰਦੀ ਉਹਨੂੰ ਮਾਨਸਿਕ ਸੱਟਾਂ ਦੇ ਦਿੰਦੀ ਆ ਤੇ ਇਸ ਤਰੀਕੇ ਨਾਲ ਵੀ ਬੱਚਾ ਵੀ ਕੋਈ ਫਰਸਟ੍ਰੇਸ਼ਨ ਨਾਲ ਹੈਂਡਲ ਕਰਨਾ ਪ੍ਰੋਪਰਲੀ ਨਹੀਂ ਸਿੱਖਦਾਗਾ ਸੋ ਅਸੀਂ ਕਰਨਾ ਕੀ ਆ ਜੀ ਹਾਂ ਸੋ ਜਦੋਂ ਤੁਹਾਡਾ ਬੱਚਾ ਸਟੋਰ ਦੇ ਵਿੱਚ ਆ ਇਹਨੂੰ ਇੰਨੇ ਟਵਾਇਆਂ ਨੂੰ ਵੇਖ ਕੇ ਆਮ ਤੁਸੀਂ ਦੇਖ ਲਓ ਵੀ ਕਈ ਚੀਜ਼ਾਂ ਅਸੀਂ ਵੀ ਜਾਣੇ ਸਟੋਰਾਂ ਦੇ ਵਿੱਚ ਸਾਨੂੰ ਦੇਖ ਕੇ ਜੀ ਕਰਦਾ ਅਸੀਂ ਵੀ ਉਹਨਾਂ ਨੂੰ ਲਈਏ ਸੋ ਬੱਚੇ ਦਾ ਫਰਸਟ੍ਰੇਸ਼ਨ ਹੋਣਾ ਸੁਭਾਵਿਕ ਆ ਇਹ ਕੋਦੀ ਡਿ

ਚੀਜ਼ਾਂ ਨਵੀਆਂ ਦੇਖ ਕੇ ਬੱਚੇ ਦਾ ਜੀ ਕਰਦਾ ਵਾ ਚੀਜ਼ਾਂ ਲੈਣ ਨੂੰ ਆਪਾਂ ਵੀ ਹੋਈ ਆ ਆਪਾਂ ਨੂੰ ਵੀ ਨਵੇਂ ਥਾਂ ਤੇ ਹੋਵੇ ਐਂ ਆਪਾਂ ਨੂੰ ਕੋਈ ਫਾਈਨੈਂਸ਼ੀਅਲ ਜਾਂ ਕੋਈ ਇਦਾਂ ਦੀ ਕੋਈ ਲਾਇਬਿਲਟੀ ਜਾਂ ਕੋਈ ਇਹਦੀ ਇਹਦੀ ਰਿਸਪੋਨਸੀਬਿਲਟੀ ਨਾ ਸਾਡਾ ਵੀ ਜੀ ਕਰੇ ਲੈਣ ਨੂੰ ਸੋ ਅਸੀਂ ਯੂ ਨੋ ਐਂ ਇਸ ਤ੍ਰਿਕਾ ਨਾਲ ਅਸੀਂ ਬੱਚੇ ਦੀ ਮਾਨਸਿਕਤਾ ਨੂੰ ਸੋ ਜਦੋਂ ਸਾਡਾ ਬੱਚਾ ਫਰਸਟ੍ਰੇਸ਼ਨ ਮਹਿਸੂਸ ਕਰਦਾ ਸੀ ਆਪਣੀ ਅੰਦਰ ਦੇਖਣਾ ਵੀ ਹੁਣ ਮੇਰੇ ਅੰਦਰ ਕੀ ਹੋ ਰਿਹਾ ਵਾ ਐਂ ਮੈਂ ਇਹਨੂੰ ਕਿਵੇਂ ਹੈਂਡਲ ਕਰਨਾ ਇਟਸ ਓਕੇ ਫਰਸਟ੍ਰੇਸ਼ਨ ਮੇਰੇ ਬੱਚੇ ਦੀ ਜ਼ਿੰਦਗੀ ਦਾ ਹਿੱਸਾ ਵਾ ਰੋਣਾ ਮੇਰੇ ਬੱਚੇ ਦੀ ਜ਼ਿੰਦਗੀ ਦਾ ਹਿੱਸਾ ਹੋਊਗਾ ਗੁੱ ਤੇ ਬੱਚੇ ਦੀ ਜ਼ਿੰਦਗੀ ਦਾ ਹਿੱਸਾ ਹੋਊਗਾ ਇਹ ਸਾਰੀਆਂ ਚੀਜ਼ਾਂ ਉਹਨੂੰ ਜ਼ਿੰਦਗੀ ਦੀ ਲਹਿਰ ਦੇ ਨਾਂ ਵਾਂਗੂ ਜਿਵੇਂ ਇੱਕ ਲਹਿਰ ਆ ਪਾਣੀ ਦੀ ਆ ਉਹ ਹਰ ਚੀਜ਼ ਆ ਆਪਣੇ ਨਾਲ ਲੈ ਕੇ ਆਉਂਦੀ ਆ ਯੂ نو ਇਹਨਾਂ ਚੀਜ਼ਾਂ ਤੋਂ ਬਿਨਾ ਜ਼ਿੰਦਗੀ ਨਹੀਂ ਸੋ ਹਰ ਚੀਜ਼ ਮੇਰੇ ਬੱਚੇ ਨੂੰ ਇਹ ਚੀਜ਼ਾਂ ਆ ਆਪਦੇ ਤੇ ਗੁਜ਼ਾਰਨੀਆਂ ਪੈਣੀਆਂ ਸੋ ਤੁਹਾ ਤੁਸੀਂ ਦੇਖਦੇ ਹੋ ਤੁਹਾਡਾ ਬੱਚਾ ਬਹੁਤ ਫਰਸਟ੍ਰੇਟਡ ਆ ਐਂਡ ਤੁਸੀਂ ਉਸ ਹੀ ਮਾਨਸਿਕਤਾ ਸਮਝਦੇ ਹੋ ਕਿ ਹਰ ਨਵੀਂ ਚੀਜ਼ ਨੂੰ ਜਦੋਂ ਇੱਕ ਬੱਚੇ ਦੀ ਮਾਨਸਿਕਤਾ ਉਹਨੂੰ ਸਿਰਫ 3 ਜਾਂ 4 ਸਾਲ ਦੇ ਬੱਚਿਆਂ ਨੂੰ ਸਮਝੋ ਉਹਨੂੰ ਇਹ ਨਾ ਸਮਝੋ ਕਿ ਉਹ 25 26 27 ਸਾਲ ਦਾ ਬੱਚਾ ਤੁਹਾਡੇ ਅਰਗਾ ਵਾ ਜਾਂ ਉਹ 40 ਸਾਲ ਦਾ ਵਾ ਜਿਵੇਂ ਦੇ ਤੁਸੀਂ ਉਹ ਤੁਹਾਡੇ ਦਿਮਾਗ ਦੀ ਸਥਿਤੀ ਨਹੀਂ ਉਹ ਦੀ ਦਿਮਾਗ ਦੀ ਸਥਿਤੀ ਹੈਗੀ ਸੋ ਸਭ ਤੋਂ ਪਹਿਲਾਂ ਤਾਂ ਮੇਰਾ ਵੱਡਾ ਦਿਮਾਗ ਆ ਉਹਦਾ ਛੋਟਾ ਦਿਮਾਗ ਆ ਸੋ ਵੱਡੇ ਦਿਮਾਗ ਨੇ ਛੋਟੇ ਦਿਮਾਗ ਨੂੰ ਸੰਭਾਲਣਾ ਵਾ ਪਰ ਵੱਡਾ ਦਿਮਾਗ ਛੋਟੇ ਦਿਮਾਗ ਨੂੰ ਉਹਦੇ ਹੀ ਸੰਭਾਲ ਸਕਦਾ ਜੇ ਆਪ ਵੱਡਾ ਸੰਭਲਿਆ ਹੋਇਆ ਹੋਗਾ ਕਿਉਂਕਿ ਜੇ ਆਪ ਹੀ ਨਹੀਂ ਵੱਡਾ ਸੰਭਲਿਆ ਹੋਇਆ ਵਾ ਜਿਹੜੀ ਕਿ ਸਾਨੂੰ ਟ੍ਰੇਨਿੰਗ ਨਹੀਂ ਮ ਮਾਗ ਲਈ ਸੰਭਣਾ ਸੋ ਸਾਡੇ ਬੱਚਿਆ ਛੋਟਾ ਇਸ ਕਰਕੇ ਉਹਦਾ ਛੋਟਾ ਦਿਮਾਗ ਆ ਅਸੀਂ ਵੱਡਿਆਂ ਸਾਡਾ ਵੱਡਾ ਦਿਮਾਗ ਹੈ ਇਸ ਕਰਕੇ ਉਹ ਵੱਡੇ ਦਿਮਾਗ ਨੇ ਬੜੀ ਹਮਦਰਦੀ ਦੇ ਨਾਲ ਉਸ ਛੋਟੇ ਦਿਮਾਗ ਨੂੰ ਸੰਭਣਾ ਵਾ ਸੋ ਜਦੋਂ ਬੱਚਾ ਤੁਹਾਡਾ ਟੁਆਈ ਚੱਕਣ ਲੱਗ ਗਿਆ ਐਂ ਤੁਸੀਂ ਟੁਆਈ ਰੱਖ ਸਕਦੇ ਹੋ ਐਂ ਤੁਹਾਡਾ ਬੱਚਾ ਅੰਦਰੋਂ ਫਿਰ ਫ੍ਰਸਟ੍ਰੇਸ਼ਨ ਮਹਿਸੂਸ ਕਰੂਗਾ ਜ਼ਰੂਰੀ ਹੈ ਕਿ ਤੁਸੀਂ ਉਸ ਤਰੀਕ ਉਸ ਉਸ ਟਾਈਮ ਕੌਮ ਰਹਿਣਾ ਜ਼ਰੂਰੀ ਇਹ ਨਹੀਂ ਕਿ ਤੁਹਾਡਾ ਬੱਚਾ ਕੌਮ ਰਵੇ ਉਹ ਕਿੰਨਾ ਚਿਰ ਲੱਗਦਾ ਤੁਮ੍ਹੇ ਉਹ 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 ਡਿਸਕਸ਼ਨ ਦਾ ਪਾਰਟ ਨਹੀਂ ਘ ਪਰ ਅਸੀਂ ਕਿਵੇਂ ਰਹਿਣਾ ਅਸੀਂ ਉਸ ਸਥਿਤੀ ਨੂੰ ਕਿਵੇਂ ਸਾਂਭਣਾ ਸੋ ਤੁਸੀਂ ਟੌਏ ਰੱਖਦੇ ਹੋ ਤੁਸੀਂ ਦੇਖਦੇ ਹੋ ਕਿ ਤੁਹਾਡਾ ਬੱਚਾ ਫ੍ਰਸਟ੍ਰੇਸ਼ਨ ਹੋ ਰਿਹਾ ਐਂਡ ਦੈਟਸ ਓਕੇ ਦੈਟਸ ਫਾਈਂ ਜੇ ਹੋ ਰਿਹਾ ਤੇ ਉਹਨੂੰ ਹੌਣ ਦੋ ਦੈਟਸ ਓਕੇ ਉਹ ਕਾਫੀ ਐਂਡ ਇਟ ਟਾਈਮ ਹੁੰਦਾ ਵਾ ਇਹ ਕੋਈ ਐ ਨਹੀਂ ਹੁੰਦਾ ਕਿ ਕੋਈ ਬੱਚਾ 2 ਘੰਟੇ ਫ੍ਰਸਟ੍ਰੇਸ਼ਨ ਰਹਿਦਾ ਇਹ ਸਿਰਫ ਇੱਕ ਸਕਿੰਟਾਂ ਦਾ ਯੂ نو ਆਮ ਹਰ ਇਮੋਸ਼ਨ 90 ਕਿ ਸਕਿੰਟਾਂ ਦੀ ਵੇਵ ਆ 90 ਸਕਿੰਟਾਂ ਤੋਂ ਬਾਅਦ ਉਹ ਡਿਸਪੀਅਰ ਹੋ ਜਾਂਦੀ ਹੈ ਐ हो सकदा वापस ਫੇਰ ਉਹ ਆ ਜਵੇ ਐਂਡ ਵਿਚ ਇਜ਼ ਓਕੇ ਇਸ ਕਰਕੇ ਕਈ ਵਾਰ ਹੋ ਸਕਦਾ ਦੋ ਤਿੰਨ ਵਾਰੀ ਤੁਹਾਡਾ ਬੱਚਾ ਫ੍ਰਸਟ੍ਰੇਸ਼ਨ ਹੋ ਜੇ ਸਟੋਰ ਦੇ ਐਂਡ ਤੁਹਾਨੂੰ ਦੋ ਤਿੰਨ ਵਾਰੀ ਸਾਂਭਣਾ ਪਵੇ ਐਂਡ ਤੁਸੀਂ ਕਹੋ ਕਿ ਨਹੀਂ ਉਹਨਾਂ ਨੇ ਤਾਂ ਸਿਰਫ 90 ਸੈਕਿੰਡ ਦਾ ਇੱਕ ਵਾਰੀ ਦਾ ਕਿਹਾ ਸੀ ਨਹੀਂ ਇਹ ਇਹ ਲਹਿਰਾਂ ਵਾਂ ਇਹ ਭਾਵਨਾਵਾਂ ਦੀਆਂ ਲਹਿਰਾਂ ਈਮੋਸ਼ਨਸ ਦੀਆਂ ਲਹਿਰਾਂ ਜਿਹੜੀਆਂ ਕਿ ਵਾਪਸ ਆ ਸਕਦੀਆਂ ਵਾਂ ਸੋ ਤੁਸੀਂ ਕੀ ਕਰਨਾ ਤੁਸੀਂ ਉਹ ਟੋਏ ਰੱਖ ਸਕਦੇ ਹੋ ਐਂਡ ਤੁਸੀਂ ਆਪਣੇ ਬੱਚੇ ਨੂੰ ਸਮਝਣਾ ਕਿ ਇਸ ਇਸ ਵਕਤ ਮੇਰਾ ਬੱਚਾ ਇੱਕ ਮਾਨਸਿਕ ਤਣਾਅ ਇੱਕ ਉਹਦਾ ਸਰੀਰਕ ਤਣਾਅ ਦੇ ਵਿੱਚ ਆ ਐਂਡ ਇਹ ਤਨਾ ਉਹਦਾ ਬਾਹਰ ਉਹਨੂੰ ਕਿਵੇਂ ਨੂੰ ਮੈਨੇਜ ਕਰਨਾ ਮੈਂ ਸਿਖਾਉਣਾ ਇਹਨੂੰ ਤੁਹਾਨੂੰ ਵੇਖੂਗਾ ਸੋ ਫੋਰ ਇਗਜ਼ਾਮਪਲ ਜੇ ਤੁਸੀ ਵੀ ਹਫਲੇ ਪਏ ਹੋ ਤੁਸੀਂ ਵੀ ਐਂਗਜ਼ਾਇਟੀ ਹੋ ਤੁਸੀਂ ਤੁਹਾਨੂੰ ਵੀ ਡਰ ਲੱਗ ਰਿਹਾ ਵਾ ਤੁਹਾਨੂੰ ਵੀ ਸਾਰੀਆਂ ਭਾਵਨਾਵਾਂ ਆ ਰਹੀਆਂ ਤੇ ਹੋਰ ਟ੍ਰਿਗਰਡ ਹੋ ਜਾਊਗਾ ਤੁਸੀਂ ਆਮ ਦੇਖ ਲਓ ਬੱਚਾ ਹੋਰ ਟ੍ਰਿਗਰਡ ਹੋ ਜਾਂਦਾ ਵਾ ਉਹਨੂੰ ਹੁਣ ਹੋਰ ਫਰਸਟ੍ਰੇਸ਼ਨ ਹੋਗੀ ਪਰ ਜੇ ਤੁਹਾਨੂੰ ਜੇ ਇੱਕ ਵੱਡਾ ਦਿਮਾਗ ਸ਼ਾਂਤਮਈ ਚਾ ਤੇ ਇੱਕ ਛੋਟਾ ਦਿਮਾਗ ਵੱਡੇ ਦਿਮਾਗ ਨੂੰ ਦੇਖ ਰਿਹਾ ਤੇ ਛੋਟੇ ਦਿਮਾਗ ਦਾ ਇੱਕ ਡਵੈਲਪਮੈਂਟਲੀ ਉਹ ਪਾਰਟ ਆ ਕਿ ਛੋਟਾ ਦਿਮਾਗ ਆਪ ਦੇ ਆਪ ਸ਼ਾਂਤੀ ਚ ਆਉਣ ਲੱਗ ਜਾਂਦਾ ਜਦੋਂ ਇੱਕ ਵੱਡੇ ਦਿਮਾਗ ਨੂੰ ਸ਼ਾਂਤ ਅਵਸਥਾ ਚ ਵੇਖਦਾ ਛੋਟਾ ਦਿਮਾਗ ਫਰਸਟ੍ਰੇਟਡ ਹੁੰਦਾ ਫਿਰ ਵੱਡੇ ਦਿਮਾਗ ਦੀ ਉਹਦੀ ਵੱਡੇ ਦਿਮਾਗ ਨਾਲ ਉਹਦੀ ਇੰਟਰੈਕਸ਼ਨ ਹੁੰਦੀ ਹੈ ਕੈਨਰਜੀ ਟ੍ਰਾਂਸ ਐਕਸ਼ਨ ਹੁੰਦੀ ਹੈ ਭਾਵੇਂ ਤੁਸੀਂ ਬੋਲੋ ਵੀ ਨਾ ਉਹ ਵੇਖ ਲੈਂਦਾ ਕਿ ਵੱਡੇ ਦਿਮਾਗ ਦਾ ਫਿਰ ਉਹ ਆਪਦੇ ਆਪ ਹੌਲੀ ਹੌਲੀ ਕੰਮ ਹੋਣ ਲੱਗ ਜਾਂਦਾ ਤੁਸੀਂ ਆਮ ਦੇਖੋ ਬੱਚਿਆਂ ਨੂੰ ਕੰਮ ਹੁੰਦੇ ਆ ਤੁਹਾਡੀ ਅਵਸਥਾ ਨੂੰ ਦੇਖ ਕੇ ਪਰ ਜਦੋਂ ਤੁਸੀਂ ਗੁੱਸੇ 'ਚ ਆਗੇ ਤੁਸੀਂ ਫ੍ਰਸਟ੍ਰੇਸ਼ਨ 'ਚ ਆਗੇ ਤੁਹਾਡੇ ਬੱਚੇ ਦੀ ਫ੍ਰਸਟ੍ਰੇਸ਼ਨ ਉਹਨੂੰ ਹੈਂਡਲ ਕਰਨੀ ਨਹੀਂ ਆਉਣੀ ਸੋ ਤੁਸੀਂ ਟੁਆਏ ਪਾਸੇ ਰੱਖ ਸਕਦੇ ਹੋ ਤਦ ਤੁਸੀਂ ਆਪਣੇ ਬੱਚੇ ਨੂੰ ਯੂ ਨੋ ਬੈਠ ਕੇ ਜਾਂ ਉਹਨੂੰ ਸਾਈਡ ਤੇ ਲੈ ਜੋ ਕਿਤੇ ਮੋਸਟ ਆਫ ਦਾ ਟਾਈਮ ਟੁਆਏ ਵਾਲੀ ਆਲ ਤੋਂ ਪਾਸੇ ਲੈ ਜਾਓ ਬਿਕਾਜ਼ ਕਈ ਵਾਰ ਜਦੋਂ ਤੁਸੀਂ ਦੇਖਦੇ ਹੋ ਬਾਰ ਬਾਰ ਬੱਚਾ ਟ੍ਰਿਗਰ ਹੋ ਹੀ ਜਾਂਦਾ ਸੋ ਆਲ ਤੋਂ ਪਾਸੇ ਲੈ ਜਾਓ ਦੂਸਰੀ ਆਲ ਚ ਲੈ ਜਾਓ ਬੱਚੇ ਦਾ ਆਪਦਾ ਹੱਥ ਤੁਸੀਂ ਮ사ਜ ਕਰ ਸਕਦੇ ਹੋ ਉਹਦੀ ਟੂਈ ਮ사ਜ ਕਰ ਸਕਦੇ ਹੋ ਯੂ ਨੋ ਦੇ ਹਾਰਟ ਤੇ ਮ사ਜ ਕਰ ਸਕਦੇ ਹੋ ਜਿੱਥੇ ਉਹਨੂੰ ਮੇਬੀ ਉਹਨੂੰ ਕਹਿ ਦਿਓ ਕਿਥੇ ਕਿਛ ਦੁਖ ਰਿਹਾ ਵਾ ਕਿਥੇ ਦੁਖ ਰਿਹਾ ਮੇਬੀ ਬੱਚਾ ਕਹੇ ਪੁਆਇੰਟ ਆਊਟ ਕਰੇ ਕਿ ਮੇਰਾ ਮੇਰਾ ਸਟਮਕ ਦੁਖ ਰਿਹਾ ਮੇਰਾ ਟਿੱਡ ਦੁਖ ਰਿਹਾ ਵਾ ਐਂ ਉੱਥੇ ਮ사ਜ ਕਰਨ ਦੀ ਹੌਲੀ ਹੌਲੀ ਜਦੋਂ ਤੁਸੀਂ ਆਪਣੇ ਬੱਚੇ ਦੀ ਹੌਲੀ ਹੌਲੀ ਮ사ਜ ਕਰੋਗੇ ਤੁਸੀਂ ਮਹਿਸੂਸ ਕਰੋਗੇ ਯੂ نو ਜਿਵੇਂ ਵੀ ਕੋਈ ਵੀ ਹੱਗਾ ਜਾਂ ਉਹਦੇ ਉਹਦੇ ਉਹਨੂੰ ਟੱਚ ਦੇਣੀ ਉਹ ਇੱਕ ਫਿਜ਼ੀਕਲ ਟੱਚ ਨਾਲ ਵੀ ਅਸੀਂ ਕੰਮ ਹੁੰਨੇ ਆਂ ਐਂਡ ਜਦੋਂ ਟੱਚ ਦੇਣ ਨਾਲ ਉਹ ਤੁਸੀਂ ਆਮ ਦੇਖੋਗੇ ਕਿ ਹੌਲੀ ਹੌਲੀ ਸ਼ਾਂਤੀ ਚਾਉਣ ਲੱਗਿਆ ਇਹਨਾਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬੱਚੇ ਨੂੰ ਚਾਂਦੀ ਹੌਲੀ ਹੌਲੀ ਉਹ ਸ਼ਾਂਤੀ ਚੋ ਦੀ ਜਿਹੜੀ ਫਰਸਟ੍ਰੇਸ਼ਨੋਂ ਸ਼ਾਂਤੀ ਦੇ ਵਿੱਚ ਢਲਣ ਲੱਗਿਆ ਐਂਡ ਉਸ ਤੋਂ ਬਾਅਦ ਤੁਸੀਂ ਉਹਨੂੰ ਕਿਸੇ ਹੋਰ ਰਾਹ ਦੇ ਵਿੱਚ ਲੈ ਕੇ ਜਾ ਸਕਦੇ ਹੋ ਐਂਡ ਤੁਸੀਂ ਸ਼ਾਂਤੀ ਨਾਲ ਉਹਨੂੰ ਸਟੋਰ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਸੋ ਫਰਸਟ੍ਰੇਸ਼ਨ ਦਾ ਹੋਣਾ ਗਲਤ ਨਹੀਂ ਹੈਗਾ ਬੁਰੀਆਂ ਭਾਵਨਾਵਾਂ ਔਖੀਆਂ ਭਾਵਨਾਵਾਂ ਦਾ ਹੋਣਾ ਸਾਡੇ ਵਿੱਚ ਗਲਤ ਨਹੀਂ ਹੈਗਾ ਅਸੀਂ ਉਹਨੂੰ ਸਾਹਮਣਾ ਕਿਵੇਂ ਆਂ ਐਂਡ ਜਦੋਂ ਅਸੀਂ ਸਾਡੇ ਛੋਟੇ ਸੋ ਇਹਨਾਂ ਤੋਂ ਡਰਨਾ ਨਹੀਂ ਆਮ ਜਦੋਂ ਮੈਂ ਵੇਖਿਆ ਕਿ ਇਵਰ ਅਸੀ ਕਿਸੇ ਦੇ ਯੂ ਨੋ ਗਰੀਵੀਂਗ ਵੀ ਕਿਸੇ ਦੀ ਡੈਥ ਹੁੰਦੀ ਆ ਕਿਤੇ ਜਾਣਦੇ ਆ ਤੇ ਆਮ ਲੋਕੀ ਉੱਥੇ ਕਹਿੰਦੇ ਕਿ ਰੋਬੋ ਨਾ ਰੋਣਾ ਨਹੀਂ ਰੋਣਾ ਨਹੀਂ ਇਟਸ ਓਕੇ ਰੋਣਾ ਟੋਲਰੇਟ ਕਰਨਾ ਸਿੱਖੋ ਐਂਡ ਸਪੈਸ਼ਲੀ ਸਾਡੇ ਲਵ ਡੋਂਦਾ ਬਿਕਾਜ਼ ਜਦੋਂ ਸਾਡੇ ਬੱਚਿਆਂ 'ਚ ਇਹ ਭਾਵ ਨਵਾਂਉਂਦੀਆਂ ਸੋ ਉੱਥੋਂ ਹੈਂਡਲ ਨਹੀਂ ਹੁੰਦੀਆਂ ਜਦੋਂ ਸਾਡੇ ਹਸਬੈਂਡ ਜਾਂ ਵਾਈਫ 'ਚ ਚੀਜ਼ਾਂ ਆਉਂਦੀਆਂ ਸਾਤੋਂ ਹੈਂਡਲ ਨਹੀਂ ਹੁੰਦੀਆਂ ਜਾਂ ਸਾਡੇ ਦੋਸਤ ਮਿੱਤਰ ਚਾਉਂਦੀਆਂ ਆਮ ਵੀ ਮੈਂ ਵੇਖਿਆ ਜਦੋਂ ਅਸੀਂ ਰੋਣ ਲੱਗ ਜਾਂਦੇ ਕਿਸੇ ਦੋਸਤ ਮਿੱਤਰ ਜਾਂ ਅਧਿਕਾਰਦਿਆਂ ਕੋਲੇ ਤੇ ਹਮੇਸ਼ਾ ਉਹਨਾਂ ਦਾ ਹੁੰਦਾ ਕਿ ਛੇਤੀ ਇਹਨਾਂ ਨੂੰ ਚੁੱਪ ਕਰਾਇਆ ਜਾਵੇ ਐਂਡ ਇਟਸ ਓਕੇ ਤੁਹਾਡਾ ਮਕਸਦ ਸਿਰਫ ਇਹ ਮਿਆਂ ਕਿ ਇੱਕ ਜੇ ਤੁਸੀਂ ਟੱਚ ਕਰ ਸਕਦੇ ਹੋ ਯੂ ਨੋ ਜੇ ਉਹ ਇਨਸਾਨ ਤੁਹਾਡੇ ਕਲੋਜ਼ ਪ੍ਰੋਕਸੀਮਿਟ ਚ ਹੈ ਉਹ ਆਪ ਦੇ ਆਪ ਸ਼ਾਂਤ ਹੋ ਜਾਣਗੇ ਸਭ ਤੋਂ ਪਹਿਲਾਂ ਤਾਂ ਸ਼ਾਂਤੀ ਆਸੀ ਆਪਣੇ ਅੰਦਰ ਆਪ ਵਸਾਉਣੀ ਆ ਬਿਕਾਜ਼ ਜਦੋਂ ਅਸੀਂ ਆਮ ਅੰਦਰ ਸ਼ਾਂਤੀ ਵਸਾਉਣੇ ਤੁਸੀਂ ਆਮ ਦੇਖੋ ਜਦੋਂ ਕਿਸੇ ਦੀ ਡੈਥ ਹੋ ਜਵੇ ਮੇਬੀ ਤੁਸੀਂ ਐਕਸਪੀਰੀਅੰਸ ਕੀਤਾ ਹੋਗਾ ਕੀ ਅਸੀਂ ਜਾਣੇ ਆ ਤੇ ਪਹਿਲੀ ਵਾਰੀ ਜਦੋਂ ਮਿਲਦੇ ਆ ਸਾਨੂੰ ਬਹੁਤ ਉੱਚੀ ਉੱਚੀ ਰੋਂਦੇ ਆ ਬਹੁਤ ਕਰਦੇ ਆ ਐਂਡ ਬਾਅਦ ਵਿੱਚ ਪਰ ਅਸੀਂ ਸ਼ਾਂਤ ਰਹਿੰਦੇ ਆ ਜਿਹੜਾ ਇਨਸਾਨ ਉੱਥੇ ਜਾਂਦਾ ਵਾ ਜਿਹੜਾ ਇਨਸਾਨ ਇੱਕ ਯੂ ਨੋ ਇਮੋਸ਼ਨਲ ਮਦਦ ਦੇਣ ਜਾਂਦਾ ਉਸ ਇਨਸਾਨ ਨੂੰ ਉਹ ਉਹ ਕੰਮ ਰਹਿੰਦਾ ਐਂਡ ਤੁਸੀਂ ਦੇਖਿਓ ਕਿ ਥੋੜੇ ਕਿ ਚਿਰ ਬਾਅਦ ਤੁਸੀਂ ਤਜਰਬਾ ਕੀਤਾ ਉਹ ਥੋੜੇ ਚਿਰ ਬਾਅਦ ਜਿਹੜਾ ਉਹ ਇਨਸਾਨ ਬਹੁਤ ਉੱਚੀ ਉੱਚੀ ਰੋ ਰਿਹਾ ਸੀਗਾ ਉਹ ਸ਼ਾਂਤ ਹੋਣ ਲੱਗ ਜਾਂਦਾ ਕਿਉਂ ਸ਼ਾਂਤ ਹੋਣ ਲੱਗ ਜਾਂਦਾ ਕਿਉਂਕਿ ਜਿਹੜਾ ਇਨਸਾਨ ਉਹਨੂੰ ਸਾਥ ਦੇ ਰਿਹਾ ਵਾ ਉਹ ਸ਼ਾਂਤ ਆ ਇਸ ਕਰਕੇ ਉਹ ਆਪਣੀ ਉਹ ਜਿਹੜਾ ਸ਼ਾਂਤ ਇਨਸਾਨ ਆ ਉਹ ਦੂਸਰੇ ਇਨਸਾਨ ਨੂੰ ਵੀ ਸ਼ਾਂਤੀ ਦੇ ਵਿੱਚ ਪੁੱਲ ਕਰ ਲਿਆਉਂਦਾ ਦੂਸਰੇ ਇਨਸਾਨ ਨੂੰ ਵੀ ਸ਼ਾਂਤੀ ਦੀ ਅਵਸਥਾ ਦੇ ਵਿੱਚ ਲੈ ਜਾਂਦਾ ਸੋ ਇਹੀ ਅਸੀਂ ਆਪច ਆਪਣੇ ਬੱਚਿਆਂ ਨਾਲ ਕਰਨੇ ਆ ਇਟਸ ਓਕੇ ਜੇ ਤੁਹਾਡਾ ਬੱਚਾ ਗੁੱਸਿਆ ਇਟਸ ਓਕੇ ਉਹਨਾਂ ਨੂੰ ਬਨਵਾਂ ਦਾ ਉਹਨਾਂ ਨੂੰ ਉਹ ਰਾਈਡ ਆ ਜਿਹੜੀ ਭਾਵਨਾਵਾਂ ਦੀ ਲਹਿਰ ਆ ਉਹਨਾਂ ਦੇ ਵਿੱਚ ਨਿਕਲਣ ਦਿਓ ਕੋਈ ਕੁਝ ਗਲਤ ਨਹੀਂ ਹੁੰਦਾ ਉੱਥੇ ਸੋ ਤੁਹਾਡਾ ਮਕਸਦ ਇਹ ਕਿ ਤੁਸੀਂ ਉਹਨਾਂ ਚਕ ਸ਼ਾਂਤ ਰਹਿਣਾ ਇਸ ਸਕਿੰਟਾਂ ਦਾ 90 ਸਕਿੰਟਾਂ ਦਾ ਹੀ ਇਹ ਖੇਲ ਹੁੰਦਾ ਵਾ ਉਦੋਂ ਹੀ ਅਸੀਂ ਵੱਧ ਤੋਂ ਵੱਧ ਅਸੀਂ ਆਪ ਝੜਕ ਸਕਦੇ ਆ ਆਪਣੇ ਬੱਚੇ ਨੂੰ ਕ੍ਰਿਟਿਸਿਜ਼ਮ ਕਰ ਸਕਦੇ ਆ ਐਂਡ ਮੈਨਿਕਲੀ ਕਿ ਉਹ ਚੀਜ਼ ਨੂੰ ਹਜੇ ਮੈਂ ਅਪਰੂਵ ਆਪ ਨਹੀਂ ਕਈ ਵਾਰ ਹਜੇ ਵੀ ਮੈਂ ਰਿਐਕਟ ਕਰਦੀ ਆ ਹਜੇ ਵੀ ਮੈਂ ਉਸ ਮਾਨਸਿਕ ਅਵਸਥਾ 'ਚ ਜੋ ਆ ਯੂ ਨੋ ਕੋਈ ਵੀ ਕ੍ਰਿਟਿਸਿਜ਼ਮ ਕਰਨਾ ਜਾਂ ਕ੍ਰਿਟੀਕਲ ਹੋਣਾ ਜਾਂ ਕਿਸੇ ਨੂੰ ਬੁਰਾ ਭਲਾ ਕਹਿਣਾ ਮੈਂ ਵੀ ਕਹਿੰਨੀ ਹਜੇ ਹਜੇ ਮੇਰਾ ਵੀ ਪੂਰਾ ਨਹੀਂ ਹੈਗਾ ਕਿ ਮੈਂ ਉਸ ਐਂਡ ਤੱਕ ਵੀ ਮੈਂ ਜਵਾਂ ਹੀ ਮੇਰੇ ਤੋਂ ਭਾਵਕ ਐਕਸਪੀਰੀਐਂਸਸ ਨਹੀਂ ਹੁੰਦੇ ਜੀ ਹੁੰਦੇ ਪਰ ਮੈਂ ਕੋਸ਼ਿਸ਼ ਕਰਦੀ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਟੋਲਰੇਟ ਕਰਨਾ ਸਿੱਖਾਂ ਐਂਡ ਵੱਧ ਤੋਂ ਵੱਧ ਜਦੋਂ ਮੇਰੇ ਪਿਆਰੇ ਜਦੋਂ ਜਿਹੜੇ ਲੋਕਾਂ ਨੂੰ ਮੈਂ ਪਿਆਰ ਕਰਦੀ ਆ ਉਹ ਇੰਨਾਂ ਅਵਸਥਾ ਚੋਂ ਨਿਕਲਦੇ ਆ ਉਹਨਾਂ ਨੂੰ ਵੀ ਮੈਂ ਟੋਲਰੇਟ ਕਰਨਾ ਸਿੱਖਾਂ ਬਿਕਾਜ਼ ਉਹਨਾਂ ਦੀ ਡਿਵੈਲਪਮੈਂਟ ਦਾ ਹਿੱਸਾ ਵਾ ਤੁਸੀਂ ਫੋਰ ਐਗਜ਼ਾਮਪਲ ਜੇ ਤੁਹਾਡਾ ਬੱਚਾ ਤੁਰਨਾ ਲੱਗਦਾ ਆਫ ਕੋਰਸ ਉਹ ਡਿੱਗਦਾ ਤੁਸੀਂ ਜਦੋਂ ਡਿੱਗਦਾ ਉਹਨੂੰ ਐ ਤਾਂ ਨਹੀਂ ਕਰਨ ਲੱਗਦੇ ਬਸ ਉੱਠਣਾ ਨਹੀਂ ਬਸ ਬੈਠਣਾ ਹੀ ਆ ਨਹੀਂ ਜਦੋਂ ਡਿੱਗਦਾ ਤੁਸੀਂ ਹੱਸਦੇ ਹੋ ਉੱਚੀ ਚ ਹੱਸਦੇ ਹੋ ਤੁਸੀਂ ਕਹਿੰਦੇ ਉਹ ਡਿੱਗਦਾ ਉਹ ਇੱਕ ਸਟੈਪ ਹੋਰ ਕਰ ਲਿਆ ਫਿਰ ਤੁਸੀਂ ਉਹਨੂੰ ਰੋਕਦੇ ਨਹੀਂ ਤੁਰਨੋਂ ਫਿਰ ਉਹ ਸਟਾਰਟ ਕਰਦਾ ਤੁਰਨਾ ਫਿਰ ਉਹ ਡਿੱਗਦਾ ਵਾ ਸੋ ਇਦਾਂ ਕਰਕੇ ਉਹ ਡਿਵੈਲਪਮੈਂਟ ਦਾ ਹਿੱਸਾ ਕਿਉਂਕਿ ਡਿੱਗਣਾ ਉਹਦੀ ਡਿਵੈਲਪਮੈਂਟ ਦਾ ਹਿੱਸਾ ਡਿੱਗ ਕੇ ਹੀ ਉਹ ਤੁਰਨਾ ਸਿੱਖੂਗਾ ਸੋ ਇਵੇਂ ਇੱਕ ਜਿਹੜੀ ਮਾਨਸਿਕਾ ਜਿਹੜਾ ਫਰਸਟ੍ਰੇਸ਼ਨ ਹੈ ਸਾਰੀਆਂ ਭਾਵਕ ਸਥਿਤੀਆਂ ਸਾਡੀ ਡਿਵੈਲਪਮੈਂਟ ਸਾਡੇ ਵਾਅਦੇ ਪਨ ਦਾ ਹਿੱਸਾ ਨੇ ਸਾਡੀ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਸਾਡੀਆਂ ਬਾਹਵਾ ਵੱਡੀਆਂ ਹੁੰਦੀਆਂ ਲੱਤਾਂ ਵੱਡੀਆਂ ਹੁੰਦੀਆਂ ਛੋਟੇ-ਛੋਟੇ ਹੁੰਦੀਆਂ ਦੀਆਂ ਓਵੇਂ ਹੀ ਸਾਡੀ ਇੱਕ ਭਾਵਨਾਵਾਂ ਦੀ ਵੀ ਇੱਕ ਜਰਨੀ ਹੁੰਦੀ ਉਹਨਾਂ ਦੀ ਵੀ ਇੱਕ ਸਫਰ ਹੁੰਦਾ ਵਾ ਕਿ ਹੌਲੀ-ਹੌਲੀ ਸਾਡੇ ਲਈ ਉਹ ਅਸੀਂ ਉਹਨਾਂ ਦੇ ਵਿੱਚ ਮਚੂਰ ਹੋਣਾ ਸਿੱਖਦੇ ਹਾਂ ਆਮ ਤੁਸੀਂ ਦੇਖ ਲਓ ਇਵੇਂ ਸਾਡੇ ਬੱਚੇ ਮਚੂਰ ਹੋਣਾ ਸਿੱਖਣਗੇ ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਜਦੋਂ ਆਪਦੇ ਪਿਆਰ ਵਾਲੇ ਇਨਸਾਨਾਂ ਨੂੰ ਇੰਨਾ ਦੁਖੀ ਭਾਵਨਾਵਾਂ ਦੇ ਵਿੱਚ ਦੇਖੀਏ ਅਸੀਂ ਆਪਦੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੀਏ ਆਮ ਮੈਂ ਵੇਖਿਆ ਛੋਟੀ-ਛੋਟੀ ਗੱਲਾਂ ਤੇ ਵੀ ਨੋਟਿਸ ਕਰ ਸਕਦੇ ਹੋ ਤੁਸੀਂ ਕਦੇ ਫੋਰ ਐਗਜ਼ਾਮਪਲ ਮੇਰੀ ਮਦਰ ਆ ਯੋਨ ਜੇ ਮੇਰੀ ਮਦਰ ਨੂੰ ਮੈਂ ਕਦੇ ਵੀ ਦੁੱਖ ਚ ਦੇਖ ਲਾਂ ਤਾਂ ਮੈਨੂੰ ਹਮੇਸ਼ਾ ਹੁੰਦਾ ਕਿ ਛੇਤੀ ਮੈਂ ਉਹਨਾਂ ਦਾ ਦੁੱਖ ਖਤਮ ਕਰਾਂ ਛੇਤੀ ਮੈਂ ਕੁਝ ਉਹਨਾਂ ਲਈ ਕਰ ਦਵਾਂ ਜਾਂ ਉਹਨਾਂ ਦੁਖੀ ਨਾ ਹੋਣ ਐਂਡ ਦੈਟਸ ਓਕੇ ਯੂ نو ਹੌਲੀ ਹੌਲੀ ਮੈਂ ਸਿੱਖ ਰਹੀ ਆ ਕਿ ਦੈਟਸ ਓਕੇ ਕਿ ਯੂ نو ਜੇ ਮੇਰੀ ਮਮ ਸੈਡ ਆ ਐਂਡ ਦੈਟਸ ਓਕੇ ਕਿ ਮੈਂ ਉਹਨਾਂ ਨੂੰ ਅਲਾਉ ਕਰ ਸਕਦੀ ਆ ਸੈਡ ਹੋਣਾ ਜੇ ਮੇਰੀ ਮਮ ਫਰਸਟ੍ਰੇਸ਼ਨ ਚ ਆ ਮੈਂ ਉਹਨਾਂ ਨੂੰ ਅਲਾਉ ਕਰ ਸਕਦੀ ਆ ਕਿ ਉਹ ਫਰਸਟ੍ਰੇਸ਼ਨ ਚ ਰਹਿਣ ਐਸ ਲੌਂਗ ਐਸ ਮੈਂ ਆਪਦੀ ਸ਼ਾਂਤੀ ਬਰਕਰਾਰ ਰੱਖਾਂ ਯੂ نو ਜੇ ਮੇਰੇ ਮਦਰ ਐਂਗਜ਼ਾਇਟੀ ਦੇ ਵਿੱਚ ਆ ਤੇ ਮੈਂ ਆਪਦੀ ਮੈਂ ਆਪਦੇ ਅੰਦਰ ਸ਼ਾਂਤੀ ਰੱਖ ਸਕਾਂ ਤਾਂ ਜੋ ਮੈਂ ਆਪਦੇ ਆਪ ਨੂੰ ਸ਼ਾਂਤ ਰੱਖ ਸਕਾਂ ਉਸ ਵਕਤ ਤਾਂ ਜੋ ਉਹ ਜਿਹੜਾ ਲਹਿਰ ਆ ਉਹਨਾਂ ਦੀ ਜਿਹੜੀ ਯੂ نو ਐਂਗਜ਼ਾਇਟੀ ਦੀ ਉਹ ਨਿਕਲ ਜਾਵੇ ਸੋ ਆਮ ਅਸੀਂ ਆਪਦੇ ਆਪ ਤੇ ਕੰਨਾ ਕਿ ਅਸੀਂ ਉਸ ਵਕਤ ਚ ਸ਼ਾਂਤ ਰਹਿਣ ਲੱਗ ਜਾਈਏ ਐਂਡ ਉਹ ਤੁਸੀਂ ਇਹ ਚੀਜ਼ ਦਾ ਤਜਰਬਾ ਕਰਕੇ ਵੇਖਿਓ ਕਿ ਜਦੋਂ ਤੁਸੀਂ ਸ਼ਾਂਤ ਰਹਿਣ ਲੱਗ ਜAVE ਤੁਹਾਡੇ ਬੱਚੇ ਦਾ ਜਿਹੜਾ ਕਾਮ ਸਟੇਟ ਆ ਉਹ ਬਹੁਤ ਜਲਦੀ ਸ਼ਾਂਤ ਹੋਣ ਲੱਗ ਜਾਂਦਾ ਵਾ ਯੂ ਨੋ ਕੋਈ ਵੀ ਤੁਸੀਂ ਪ੍ਰੈਕਟਿਸ ਕਰਕੇ ਦੇਖ ਸਕਦੇ ਹੋ ਸੋ ਬਹੁਤ ਔਖਾ ਵਾ ਬਿਕਾਜ਼ ਇਸ ਚੀਜ਼ ਦਾ ਮੈਂ ਵੀ ਸਟਰਗਲ ਕਰਦੀ ਹਾਂ ਜਦੋਂ ਮੇਰਾ ਮੇਰੇ ਵੀ ਪਰ ਪਰਿਵਾਰ ਕੋਈ ਦੁੱਖ ਦੇ ਵਿੱਚ ਹੋਵੇ ਯੂ ਨੋ ਜਦੋਂ ਮੇਰੇ ਪਰਿਵਾਰ ਦੇ ਮੈਂਬਰ ਵੀ ਕਈ ਵਾਰ ਫਰਸਟ੍ਰੇਸ਼ਨ ਐਂਗਜ਼ਾਈਟੀ ਦੇ ਵਿੱਚ इवन दो ਮੈਂ ਕਾਉਂਸਲਰ ਆ ਮੇਰੇ ਅੰਦਰ ਵੀ ਇਹ ਜੀ ਪੈ ਪੈ ਦੁਪੈਦਾ ਹੋ ਜਾਂਦੀ ਕਿ ਮੈਂ ਛੇਤੀ ਉਹਨਾਂ ਦਾ ਦੁੱਖ ਦੂਰ ਕਰਾਂ ਮੈਂ ਛੇਤੀ ਉਹਨਾਂ ਨੂੰ ਇਸ ਅਵਸਥਾ ਦੇ ਵਿੱਚੋਂ ਕੱਢਾਂ ਪਰ ਇਹਨਾਂ ਅਵਸਥਾ ਨੂੰ ਸਭ ਤੋਂ ਬੈਸਟ ਤਰੀਕਾ ਕਿਸੇ ਨੂੰ ਇਹ ਜੀ ਅਵਸਥਾ ਚੋਂ ਕੱਢਣ ਦਾ ਪਹਿਲਾਂ ਆਪ ਉਸ ਅਵਸਥਾ ਦੇ ਵਿੱਚ ਐਂਟਰ ਹੋਵੋ ਆਪ ਉਸ ਮਾਨਸਿਕ ਸ਼ਾਂਤੀ ਦੇ ਵਿੱਚ ਐਂਟਰ ਹੋਵੋ ਜਦੋਂ ਤੁਸੀਂ ਆਪ ਮਾਨਸਿਕ ਅਵਸਥਾ ਦੇ ਵਿੱਚ ਸ਼ਾਂਤੀ ਦੇ ਵਿੱਚ ਐਂਟਰ ਹੋਮੋਗੇ ਜਿਹੜੇ ਲੋਕ ਤੁਹਾਡੇ ਆਲੇ ਦੁਆਲੇ ਬੈਠਿਆ ਉਹ ਤੁਹਾਡੀ ਆ ਸ਼ਾਂਤੀ ਦੇ ਵਿੱਚ ਆਉਣ ਦੀ ਆਪੇ ਹੀ ਆਉਣ ਲੱਗ ਜਾਣਗੇ ਪਰ ਉਹਨਾਂ ਨੂੰ ਵਕਤ ਦਿਓ ਉਹਨਾਂ ਨੂੰ ਉਹਨਾਂ ਦੀ ਉੱਤੇ ਦੇ ਦੁੱਖ ਨੂੰ ਉਹਨਾਂ ਨੂੰ ਉਹਨਾਂ ਦੇ ਦੁੱਖ ਨੂੰ ਯੂ نو ਉਹਨਾਂ ਦੀ ਜਿਹੜੀ ਆਪਣੇ ਉਨਾਂ ਦੀ ਲਹਿਰ ਜਿਹੜੀ ਇੱਕ ਇੱਕ ਲਹਿਰ ਆ ਇੱਕ ਵੇਵ ਆ ਉਹਨੂੰ ਨਿਕਲਣ ਦਵੋ ਤਾਂ ਜੋ ਹੌਲੀ ਹੌਲੀ ਉਹ ਆਪ ਆਪ ਦੇ ਆਪ ਸ਼ਾਂਤ ਹੋਣ ਲੱਗ ਜਾਵਣ ਸੋ ਆਪ ਦੀ ਸ਼ਾਂਤੀ ਬਰਕਰਾਰ ਰੱਖਣੀ ਆ ਸੋ ਇਵੇਂ ਜਦੋਂ ਤੁਹਾਡਾ ਬੱਚਾ ਇੱਕ ਯੂ نو ਉੱਤੇ ਜਾਂਦਾ ਵਾ ਸਟੋਰ ਜਾਂਦਾ ਤੁਸੀਂ ਮੇਕ ਸ਼ੁਰ ਕਰਨਾ ਕਿ ਤੁਹਾਡੀ ਆਪ ਦੀ ਸ਼ਾਂਤੀ ਬਰਕਰਾਰ ਰਹੇ ਐਂਡ ਇਟਸ ਓਕੇ ਉਹ ਆਪ ਦੀ ਲਹਿਰ ਦੇ ਵਿੱਚੋਂ ਨਿਕਲ ਜਾਊਗਾ ਅਸੀਂ ਸਿਰਫ ਉਸ ਲਹਿਰ ਨੂੰ ਉੱਚਾ ਜਾਂਦਾ ਤੇ ਨੀਵਾ ਜਾਂਦਾ ਹੀ ਦੇਖਣਾ ਵਾ ਐਂਡ ਜਦੋਂ ਅਸੀਂ ਦੇਖਦੇ ਰਵਾਂਗੇ ਜਿੰਨਾ ਚਿਰ ਅਸੀਂ ਸ਼ਾਂਤ ਆ ਸਾਡਾ ਬੱਚਾ ਆਪ ਦੇ ਆਪ ਆਪ ਦੇ ਆਪ ਨੂੰ ਕੌਮ ਮਹਿਸੂਸ ਕਰਨ ਲੱਗੂਗਾ ਹੋਪਫਲੀ ਦਿਸ ਹੈਲਪਸ ਥੈਂਕ ਯੂ ਸੋ ਮਚ ਤੁਹਾਡੇ ਜਿਵੇਂ ਮੈਂ ਕਿਹਾ ਤੁਹਾਡੇ ਸਾਰਿਆਂ ਦੇ ਕੁਐਸਚਨ ਸਾਡੇ ਅਜੇ ਵੀ ਇਨਬਾਕਸ ਦੇ ਵਿੱਚ ਪਏ ਆ ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹ ਜਿਹੜੇ ਕੁਐਸਚਨਸ ਆ ਤੁਹਾਡੇ ਲਈ ਆਨਸਰ ਕੀਤੇ ਜਾਣ ਪਲੀਜ਼ ਹੋਰ ਵੀ ਕੁਐਸਚਨ ਭੇਜਦੇ ਰਹੋ ਬਾਕੀ ਤੁਹਾਡਾ ਹੋਰ ਵੀ ਕੋਈ ਕੁਐਸਚਨ ਹੈ ਇਨਕੁਆਇਰੀ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆ ਕਾਫੀ ਮੈਨੂੰ ਪਤਾ ਕਿ ਕਾਫੀ ਸਾਡੇ ਮੈਸੇजेस ਆਏ ਵਿਆਂ ਇਨ ਕਾਉਂਸਲਿੰਗ ਵਾਸਤੇ ਕਾਫੀ ਰਿਕੁਐਸਟ ਆਈਆਂ ਹੋਈਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਯੂ ਨੋ ਵੱਤ ਵਦ ਉਹਨਾਂ ਨੂੰ ਅਟੈਂਡ ਕੀਤਾ ਜਾ ਸਕੇ ਪਰ ਇਹ ਥੋੜਾ ਹੌਲੀਡੇ ਸੀਜ਼ਨ ਚੱਲਦਾ ਕਿਵਰ ਥੋੜਾ ਸਲੋ ਯੂ ਨੋ ਥੋੜਾ ਟਾਈਮ ਲੱਗਦਾ ਉਹਨਾਂ ਮੈਸੇजेस ਤੱਕ ਸਾਨੂੰ ਪਹੁੰਚਣ ਵਾਸਤੇ ਸੋ ਆਈ ਹੋਪ ਯੂ ਨੋ ਤੁਹਾਡੀਆਂ ਹੌਲੀਡAYS ਵਧੀਆ ਜਾਣ ਬਾਕੀ ਆਪਾਂ ਇੱਕ ਹੋਰ ਵੀ ਸੈਸ਼ਨ ਕਰਾਂਗੇ ਕੋਵਿਡ ਤੇ ਸੈਸ਼ਨ ਮੈਂ ਕਰਨਾ ਚਾਹੁੰਦੀ ਸੀ ਕਿ ਕਿ ਉਹ ਸਾਡੀ ਅਸੀਂ ਉਹਨੂੰ ਇੱਕ ਪੋਜ਼ਿਟਿਵ ਐਕਸਪੀਰੀਅੰਸ ਆਫ ਦੀ ਲਾਈਫ ਦੇ ਵਿੱਚ ਕਿਵੇਂ ਐਡ ਕਰਨਾ ਆਪਣੀ ਸਾਈਕੋਲੋਜੀ ਦੇ ਵਿੱਚ ਇੱਕ ਪੋਜ਼ਿਟਿਵ ਐਕਸਪੀਰੀਅੰਸ ਕਿਵੇਂ ਐਡ ਕਰਨਾ ਵਾ ਸੋ ਆਪਾਂ ਕਿਸੇ ਹੋਰ ਦਿਨ ਕਰਾਂਗੇ ਆ ਆਨੇ ਆਉਣ ਵਾਲੇ ਹਫਤੇ ਦੇ ਵਿੱਚ ਕਰਾਂਗੇ ਬਾਕੀ ਕੋਈ ਵੀ ਹੋਰ ਕੁਐਸਚਨ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਐਵਰੀਬਾਡੀ ਯੈਸ ਯੈਸ ਇਟਸ ਮੱਚ ਨੀਡੇਡ ਸੋ ਸਾਨੂੰ ਚਾਹੀਦਾ ਕਿ ਜਿਹੜਾ ਕੋਵਿਡ ਯਰ ਸਾਡੇ ਲਈ ਇਦਾਂ ਲੰਘਿਆ ਸੀ ਕੋ ਨੂੰ ਪੋਜ਼ਿਟਿਵ ਯਾਦ ਬਿਕਾਜ਼ ਲੰਘਤਾ ਸੀ ਆਏ ਹਨ ਪਰ ਉਹਨੂੰ ਪੋਜ਼ਿਟਿਵ ਉਹਨੂੰ ਇੱਕ ਪ੍ਰੋਪਰਲੀ ਆਪਦੀ ਸਾਈਕੋਲੋਜੀ ਦੇ ਵਿੱਚ ਇੰਪਲੀਮੈਂਟ ਕਰੀਏ ਤਾਂ ਜੋ ਜਦੋਂ ਅਸੀਂ ਫਿਰ ਸਾਲ ਦੇ ਪਿੱਛੇ ਵੇਖੀਏ ਤਾਂ ਸਾਡੇ ਮੂੰਹ ਐ ਨਾ ਬਣ ਸਾਡੇ ਨੂੰ ਐਵੇਂ ਬਣ ਕੇ ਸੀ ਕੁਝ ਸਿੱਖਿਆ ਅਸੀਂ ਉਸ ਸਾਲ ਦੇ ਵਿੱਚੋਂ ਨਿਕਲ ਕੇ ਸਿੱਖਿਆ ਥੈਂਕ ਯੂ ਐਵਰੀਬਾਡੀ ਬਾਏ